बेटा मैं तेरी मम्मी दे कप लिस्ट बनाई सी जेड़ा जेड़ा समान पाई एक लाई जाऊंगा। कहिंदी जहाज दी खिड़की खुल जांदी आ कि उपर नहीं खुलदे के साइड नहीं खुलदी आ। ओ मेरे पीछे जा तुम्हारे आ, मैं डर गया मैं जी की हो गया। आधार कार्ड भी चलूगा रोड पे जावांगो। डैडी कहंदे हुण मेथों पैसे ना मंगी कहंदे छेदी कहंदी। सारयां नूं प्यार भरी सत श्री अकाल। मम्मी होनी आ गए ने भलाईयां ने आले क्योंकि उन्होंने भी नाल जाना गा। इस बहाने मम्मी डैडी ने पहली बार रात रहना गा। मम्मी तो किन्ने बार रात रह गए पर डैडी ने शायद पहली बार ही रात रहना। गड्डी वाली कंध ना ला दी। हाँ जी जान दे चार्ज का मतलब खैर ले ही जाना जो जाना होंदा जहाज चढ़ना होंदा जो जो नत जहाज जाते उन्होंने तो डर क्या होंगे क्योंकि उन्होंने आदत पै जाती है ना जनानिया भी की करन घरे कल्लियां हो गई सी राजदीप दी कमी दसा गुब्बारे दा पटाका पाओ इन्हे डर जाना। राजदीप जा समान लवा लिया। राजदीप दे गुलगुले फेवरेट ने। ਇਹਨੇ ਮੰਮੀ ਨੂੰ ਡਰਾਤਾ। ਮੰਮੀ ਨੂੰ ਲੱਗਿਆ ਵੀ ਇਹਨੂੰ ਕੁਝ ਹੋ ਗਿਆ। ਕਾਲਾ ਪਾਉਣ ਦੀ ਮੜ ਜਿਹਾ ਤਾਂ ਹੀ ਮਨਰਾਜ ਤੋਂ ਹੋ ਗਿਆ। ਤਾਂ ਹੀ ਫੇ ਮਨਰਾਜ ਤੋਂ ਖਾਂਦਾ ਹੁੰਦਾ। ਕਈ ਵਾਰੇ ਖਾਣ ਜਾਣੇ ਕੰਮ ਕਰਦਾ ਵਾ। ਮਨਰਾਜ ਛੱਡਦਾ। ਇਹ ਗੱਲ ਕਹਿਣੀਗਾ। ਠੀਕ। ਸਮਝ ਗਏ ਸਮਝ ਗਏ। ਕੋੜ ਵੜ ਆਏ ਸਾਡੇ। ਦੋ ਕੋੜ ਵੜਨ ਦੇ ਜਗੜ। ਦੋ ਕੋੜ ਵੜ ਰੱਖੇ ਹੋਏ ਨੇ। मम्मी होना को बाली ध्यान मैं क्या दे दियो होर ला लियो हजे उन्होंने हुणे लई सी। मम्मी कहिंदे सी इधर ले कहिंदे की करनी है कानू मंगवानी हैगी। मैं क्या चल कोई ना भी सहूलत जरूरी आएगी वधिया प्रेस कर दी है। चोलियां नूं ज्यादा औखा सीगा बाकी कपड़े तां वधिया कर दिंदी आएगी। कद्दू ये मैं मंगवाए सीगे पर ये सीगा भी शाम नूं बनावांगे पर हुण बन नहीं आए। हुण साग बनिया पिया देख लैंदे आ फिर भी बना लैंदे आ। कद्दू खाधे नूं भी टाइम हो गया। एक मैनूं ये सीगा सिंह साहब ने इंडिया वाले कद्दू नहीं खाधे हैगे ते घर वाले कद्दू दे ज्यादा स्वाद बन गए। दिवाली की सफाई करते टाइम मम्मी एक माला लगी। मम्मी ने आप बनाई हुई है ये पता नहीं केड़े मम्मी नु याद भी नहीं है भी मन के केड़ी चीज की माला बनाई सी। मम्मी कहते भी ले लो तुसी रख लो लकड़ी खाली रह जाना अपने पिछो बोर्डिंग करदा चेक इन करदा उहदे ते डिपेंड करदा। एक बार मेरे नाल मैनूं मना कीता नहीं दो बार मैनूं मना कीता वा कि तुसीं अपना हैंड बैग जिहड़ा उह जमा नहीं करा सकदे उत्थे मैं नाल ही करा दिंदा। ਕਿਹੜਾ ਨਾਲ ਜਹਾਜ਼ ਚ ਕੈਰੀ ਕਰੇ ਉਹਦੇ ਵਿੱਚ ਕਿਹੜਾ ਸਮਾਨ ਹੁੰਦਾ। ਇੱਕ ਲੈਪਟਾਪ ਬੈਗ ਹੁੰਦਾ ਜ਼ਰੂਰੀ ਸਮਾਨ ਆਪਾਂ ਉਹਦੇ ਵਿੱਚ ਪਾ ਲਈਦਾ ਵਾ। ਆਪਣੀ ਮੇਨ ਮੇਨ ਪੈਕਿੰਗ ਹੋ ਗਈ ਹੁਣ ਆਪਾਂ ਵਜ਼ਨ ਚੈੱਕ ਕਰ ਲਈਏ। ਵਜ਼ਨ ਠੀਕ ਹੋਇਆ ਫਿਰ ਹੋਰ ਕੱਪੜੇ ਪਾ ਲਾਂਗੇ।
ਨਹੀਂ ਤਾਂ ਫਿਰ ਨਾ ਸੀ ਕੀ ਹਜ਼ੂਰੀ ਹੈ। ਹਰੇਕ ਬੰਦੇ ਦੀਆਂ ਅਲੱਗ ਅਲੱਗ ਪ੍ਰਾਇਓਰਟੀਜ਼ ਹੁੰਦੀਆਂ ਨੇ। ਮੈਂ ਹਜ਼ੂਰੀ ਘੱਟ ਲੈ ਕੇ ਜਾਂਦਾ, ਮੈਂ ਵੱਧ ਲੈ ਕੇ ਜਾਂਦੀ ਹਾਂ ਕੁਛ ਕੱਪੜੇ, ਮੈਂ ਵੱਧ ਲੈ ਕੇ ਜਾਂਦਾ, ਉਹ ਇਹ ਕਹਿੰਦੇ ਵੀ ਇਹਨਾਂ ਦੀ ਇੰਨੀ ਕੀ ਲੋੜ ਆ ਰਹੀ, ਔਰ ਮੈਂ ਕਹਿੰਦਾ ਇਹਨਾਂ ਦੀ ਇੰਨੀ ਕੀ ਲੋੜ ਆ। ਸੋ ਹਰੇਕ ਦੀ ਆਪਣੀ ਆਪਣੀ ਸੋਚ ਕਹਿ ਲਓ, ਆਪਣੀ ਆਪਣੇ ਤਰੀਕੇ ਦਾ ਲਾਈਫ ਸਟਾਈਲ ਹੁੰਦਾ ਵਾ। ਸਾਂਭਣਾ ਗੰਦੇ ਕੱਪੜੇ ਕਰ ਲੈਂਦੇ, ਨੱਕ ਨੁੱਕ ਵੀ ਓਹਦੇ ਨਾਲ ਗੁੰਝੇ ਜਾਂਦੇ ਆ, ਜਿਆਦਾ ਗੰਦਾ ਹੋ ਜਾਂਦਾ। ਕਈ ਵਾਰ ਰੋਣਾ ਆ ਜਾਂਦਾ, ਫੇਰ ਤਾਂ ਨੱਕ ਕਿੰਨਾ ਵਜਨ ਹੋ ਗਿਆ, ਕਿੰਨਾ ਹੋ ਗਿਆ ਜੀ, ਹੁਣ ਹਿਸਾਬ ਕਿਤਾਬ ਲੱਗ ਕੇ ਦੱਸਣਗੇ ਆਪਣਾ। ਥੋੜਾ ਜਿਹਾ ਹੋਰ ਪੈ ਸਕਦਾ ਮਤਲਬ ਵੀ, ਵੈਸੇ ਸਮਾਨ ਪੈ ਗਿਆ ਕਿੰਨਾ ਕ ਕਿਲੋ ਪੈ ਸਕਦਾ, ਕਿਲੋ ਕ ਪੈ ਸਕਦਾ। ਫਿਰ ਆਪਾਂ ਸਾਬਣ ਤੇਲ, ਸਾਬਣ ਤੇਲ ਲੈ ਲੈਂਦੇ, ਬਰੱਸ਼ ਵਗੈਰਾ ਪਾ ਲੈਂਦੇ ਆ, ਉਹ ਦੇਖ ਲੈਂਦੇ ਕੋਈ ਨਹੀਂ, ਉਹ ਜੋ ਵੀ ਆਪਾਂ ਨੂੰ ਲੋੜ ਲੱਗਿਆ ਉਹ ਆਪਾਂ ਪਾ ਲਾਂਗੇ ਆਪਣੇ ਹਿਸਾਬ ਨਾਲ। ਹਾਂਜੀ, ਮੰਮੀ ਦੇ ਡੈਡੀ ਦੀ ਪੈਕਿੰਗ ਵੀ ਕਰ ਲਈਏ। ਮੰਮੀ ਕਹਿੰਦੇ ਮੈਂ ਬਹੁਤ ਥੱਕੀ ਹੋਈ ਆ, ਮੰਮੀ ਬਹਿ ਗਏ ਆ ਕੇ ਢੂਣ ਲਾ ਕੇ, ਤੇ ਕੋਈ ਨਾ ਮੰਮੀ ਤੁਸੀਂ ਆਰਾਮ ਹੀ ਕਰਨਾ ਫਿਰ ਜਾਂ ਰਾਸਤੇ ਚ। ਉੱਥੇ ਪੈ ਗਿਆ ਕਰ ਲੱਗੇ ਨੇ, ਮੈਂ ਇੱਥੇ ਬੈਗ ਰਿਟਾਇਰਮੈਂਟ ਕਰਤਾ। ਬਹੁਤ ਕਹਿੰਦੇ ਜੀ ਅੰਕਲ ਤੁਸੀਂ ਕੀ ਬੈਗ ਲਈ ਫਿਰਦੇ ਹੋ, ਪੁਰਾਣਾ ਬੈਗ ਆ ਜੀ ਇਹ ਬੈਗ। ਪਰ ਉਹ ਸੀਗਾ ਵੀ ਉਹ ਵੀ ਡੈਡੀ ਨੂੰ ਕੰਮ ਦੇ ਜਾਂਦਾ ਜੇ ਲੈ ਜਾਂਦੇ। ਤੇਰੀ ਪੁੱਤ ਮੰਮੀ ਨੂੰ ਹੁਣ ਤੱਕ ਬੱਸ ਘੁਮਾਉਂਦਾ ਰਿਹਾ, ਕਾਰ ਆਈ ਤੇ ਜਹਾਜ਼ ਚ ਲੈ ਕੇ ਜਾਣਾ। ਕਿੰਨੀ ਦੇਰ ਬਾਅਦ ਬੈਠਣਾ ਜਹਾਜ਼ ਭਾਗਵਾਨ? ਡੈਡੀ ਨੇ ਤਾਂ ਬਹੁਤ ਦੇਰ ਬਾਅਦ ਬੈਠਣਾ, ਮੈਂ ਤਾਂ ਇੱਕ ਸਾਲ ਦਾ ਫਰਕ ਆ ਤੁਹਾਡਾ। ਮੰਮੀ ਦੋ ਵਾਰ ਜਹਾਜ਼ ਚੜ ਗਈ, ਡੈਡੀ ਦੂਜੀ ਵਾਰ। ਕਹਿੰਦੀ ਜਹਾਜ਼ ਦੀ ਖਿੜਕੀ ਖੋਲੇ ਜਾਂਦੀ ਆ ਕਿ ਉੱਪਰ ਨੂੰ ਖੋਲਦੇ ਕਿ ਸਾਈਡ ਨੂੰ ਖੋਲਦੀ ਆ? ਮੈਂ ਪਾਣੀ ਵੀ ਪੁੱਛਿਆ ਸੀਗਾ, ਪਾਣੀ ਮਿਲ ਜਾਂਦਾ? ਤੁਸੀਂ ਤਾਂ ਬਾਹਰ ਸੀਗੇ। ਮੈਨੂੰ ਕਹਿੰਦੀ ਡੈਡੀ ਵੀ ਉਹਦੇ ਬੱਸ ਅੱਡੇ ਵਰਗੇ ਜਹਾਜ਼ ਦੇ ਅੱਡੇ ਹੁੰਦੇ ਨੇ। ਕਹਿੰਦੀ ਇਹ ਹਾਕਾ ਮਾਰਨਗੇ ਇੰਨਾ ਬਣਾ ਗਾਓ ਫੜੀ ਲਿਖੀ ਸੁਣ। ਉਹ ਜਿਵੇਂ ਕਹਿੰਦਾ ਨੀ ਸੀਗਾ ਚੰਡੀਗੜ੍ਹ ਚੰਡੀਗੜ੍ਹ, ਉਹ ਕਹਿੰਦਾ ਬਠਿੰਡੇ, ਉਹ ਕਹਿੰਦਾ ਬਠਿੰਡੇ ਨੀ ਜਾਣੀ। ਕਹਿੰਦਾ ਤੈਨੂੰ ਕਿਵੇਂ ਪਤਾ? ਮੈਂ ਜਹਾਜ਼ ਪੁੱਛ ਕੇ ਬੈਠੂੰਗੀ ਵੀ ਉਸੇ ਲੋਕੇਸ਼ਨ ਤੇ ਚੱਲਿਆ ਗਲਤ, ਜਿਹਦਾ ਵੀ ਲੈ ਕੇ ਜਾਂਦਾ। ਅੱਜ ਆਪਾਂ ਇੱਥੇ ਕੱਪੜੇ ਚੇਂਜ ਕਰਦੇ, ਮੈਂ ਵੀ ਡੈਡੀ ਨੂੰ ਕਿੰਨੇ ਵਾਰ ਕਿਹਾ ਵੀ ਡੈਡੀ ਜੀ ਹਾਂਜੀ 2 ਸਾਲ ਹੋ ਗਏ ਢਿੱਡ ਵੱਧ ਗਿਆ, ਪਲੇਨ ਚ ਪਾਣੀ ਮਿਲ ਜੂਗਾ? ਇਹ ਮੈਨੂੰ ਕਹਿੰਦੇ ਪੈਸਿਆਂ ਦਾ ਮਿਲੂਗਾ, ਮੈਂ ਫਿਰ ਰਹਿ ਨੀ ਦੇਵਾਂਗੇ। ਆਪਾਂ ਕਿੱਥੇ ਵੀ ਜਾਈਏ ਪੰਜਾਬੀ ਬਣ ਕੇ ਜਾਣਾ। ਹਾਂਜੀ ਦੇਖਿਆ ਪਰਨਾ, ਹਾਂਜੀ ਗੱਡੀ ਵਾਲਾ ਪਰਨਾ ਆਪਣੇ ਮੇਰੀਆਂ ਵੀ ਦੋ ਨੂੰਹਾਂ ਨੇ, ਸਾਲੇ ਹਾਰਾਂ ਨੇ, ਭੈਣਾਂ ਨੇ, ਭਰਜਾਈਆਂ ਨੇ, ਇੱਕ ਡੈਡੀ ਹੋਈ ਆ ਜਿਹੜਾ ਵਿਚਾਰਾ ਆਪਣਾ ਸਮਾਨ ਪੈ ਕਰਦਾ। ਮੈਂ ਫਿਰ ਵੀ ਬਹੁਤ ਖੁਸ਼ ਆ। ਮੈਂ ਕੱਲੀ ਕੱਲੀ ਚੀਜ਼ ਦੀ ਤਹਿ ਮਾਰ ਕੇ ਰੱਖ ਕੇ ਗਈ ਆ, ਤੇਰੇ ਡੈਡੀ ਨੂੰ ਆਪਣੇ ਨੰਬਰ ਬਣਾਉਣ ਦਾ ਬਹੁਤ ਜ਼ਿਆਦਾ ਚਾਅ ਰਹਿੰਦਾ। ਬਸ ਇਹ ਘਰ ਰੱਖਣੇ ਆਪ ਹੁੰਦੇ ਨੇ, ਇਹਨਾਂ ਨੇ ਪ੍ਰੈਸ ਅਸੀਂ ਕਰਨੇ ਨੇ, ਤਹਿਾਂ ਅਸੀਂ ਮਾਰਨੀਆਂ ਨੇ। ਇਹ ਪਤਾ ਕੀ ਆ, ਪੈਕ ਤਾਂ ਕੋਈ ਵੀ ਕਰ ਦੇਵੇ ਹਨਾ ਮੰਮੀ, ਜੇ ਸਮਾਨ ਉਲਟਾ ਫੁਲਟਾ ਹੋ ਗਿਆ ਫਿਰ ਬਹੁਤ ਔਖਾ ਹੋ ਜਾਂਦਾ। ਖੂਨ ਦਾ ਫਰਕ ਹੁੰਦਾ, ਹਾਂਜੀ, ਤੇ ਸਾਡੇ ਖੂਨ ਦਾ ਇੱਕੋ ਜਿਹਾ, ਮੇਰਾ ਰੰਗ ਵੀ ਕਾਲਾ, ਸੇਛੀ ਦਾ ਰੰਗ ਵੀ ਕਾਲਾ, ਨਾਲ ਉੱਤੇ ਲਿਖਿਆ ਵੀ ਪਿਓਰ ਬਲੈਕ ਹੋਇਆ। ਇੱਕ ਧਿਆਨ ਰੱਖਿਓ, ਇਹ ਵੀ ਕੱਚ ਦੀ ਆਉਣੀ ਆ।
ਲਫਾਫੇ ਚ ਪਾ ਆਪਾਂ ਦੇਖਦੇ ਹਾਂ ਮੈਂ ਐਡੀ ਵੱਡੀ ਕੱਪੜੇ ਤੇ ਆ ਗਿਆ ਕਿ ਮੈਂ ਜਿੱਦ ਪਹਿਲਾਂ ਗਏ ਸੀਗੇ ਜੀ ਕਿਉਂ ਉਹ ਜਿਹੜੀ ਮਨੀ ਲੈ ਕੇ ਦੇ ਕੇ ਗਿਆ ਸੀ ਅੱਛਾ ਕੋਈ ਇਕਲ ਜੀ ਇੰਨੀ ਸੋਹਣੀ ਮੈਂ ਕਿਹਾ ਰੱਖ ਲੋ ਸ਼ੋ ਕੇ ਇਹਦਾ ਮਤਲਬ ਆਪਾਂ ਨੂੰ ਮੰਮੀ ਗੱਦੇ ਲੈ ਕੇ ਜਾਣੇ ਪੈਣੇ ਨਾਲ ਸ਼ੀਸ਼ੀ ਜੋੜ ਕੇ ਵੀ ਕੱਪੜੇ ਮੈਡ ਜੀ ਕੱਪੜਿਆਂ ਚ ਕਰ ਲੋ ਕਵਰ ਨਹੀਂ ਤਾਂ ਜੀ ਤੇ ਪੁੱਤ ਮੈਂ ਜੇਬ ਚ ਪਾ ਲੂਗਾ ਵਾਹਿਗੁਰੂ ਐ ਡੈਡੀ ਤੁਹਾਨੂੰ ਜਹਾਜ਼ ਨਹੀਂ ਚੜਨ ਦੇਣਾ ਉਹ ਲਿਕਵਿਡ ਨਹੀਂ ਜਾਣ ਦਿੰਦੇ ਲਿਕਵਿਡ ਜਾਣ ਨਹੀਂ ਦੇਣਾ ਜੀ ਜਮਾ ਦੇਣਾ ਫ੍ਰਿਜ ਚ ਰੱਖ ਦੇਣਾ ਜਾਂ ਨਹੀਂ ਹੋਈ ਤਾਂ ਜਿਵੇਂ ਚੁਟਕਲਾ ਬਣਾਇਆ ਹੋਇਆ ਬਰਫ ਲੈ ਜਾਂਦਾ ਉਹ ਕਹਿੰਦਾ ਵੀ ਲਿਕਵਿਡ ਲਾਉਣ ਦੇ ਕਹਿੰਦਾ ਬਟ ਇਟ ਇਜ਼ ਨਾਟ ਲਿਕਵਿਡ ਕਹਿੰਦਾ ਉਹ ਜੇ ਬਰਫ ਪਿੰਗਲ ਗਈ ਫੇਰ ਔਖਾ ਹੋ ਜਾਣਾ ਇਹ ਸਮਾਨ ਤਾਂ ਪਰ ਮੈਂ ਜਮਾ ਕਰਾ ਦੇਣਾ ਠੀਕ ਹੈ ਜੀ ਆਏ ਜਾਉਂ ਗਾ ਲਿਆ ਤੇ ਦੇਖੇ ਬੋਲਦੇ ਨਹੀਂ ਟਾਵਰ ਵਾਲਾ ਜਾਂ ਗੋਟਾ ਲਾ ਕੇ ਰੱਖ ਦੇ ਆਏ ਜਿਹੜਾ ਆਏ ਰੱਖਦਾ ਉਹ ਥੱਕ ਜਾਂਦਾ ਨਹੀਂ ਸ਼ਕਤੀਮਾਨ ਰੱਖਦਾ ਹੁੰਦਾ ਐ ਨਹੀਂ ਐ ਸ਼ਕਤੀਮਾਨ ਇਹ ਪਾਵਰ ਵਾਲਾ ਪੋਸਚਰ ਆ ਵੀ ਹਾਂ ਦੱਸੋ ਕੀ ਸਵਾ मेरे पीछे जत मारे मैं डर गया मैं जी की हो गया कहता सारा हूं तक मैं नहीं थकिया तू हूं तक नहीं डैडी वह भी है ना हम जिम्मे आप तीन आए कहने जर्मन आए तीन गुठे कहते हैं मेरा समान ना रखा ਸੇਦਾ ਕੋਈ ਕਪੜਾ ਨਹੀਂ ਰਹਿਣਾ ਚਾਹੀਦਾ ਪਾ ਸਕਦੇ ਆ ਤਾਂ ਜਮਾ ਹੀ ਕਰਾ ਦੇਣਾ ਸਾਹ ਵੀ ਪਾ ਲਓ ਸੇ ਜਮਾ ਨਹੀਂ ਫੇਰ ਇਹ ਨਹੀਂ ਟੁੱਟ ਜੂ ਲਫਾਫੇ ਚ ਪਾ ਡੈਡੀ ਇਹਨੂੰ ਡੈਡੀ ਇਹਨੂੰ ਆਪਣੇ ਤੌਲੀਏ ਪਾਣੇ ਚ ਕਵਰ ਕਰਕੇ ਲਫਾਫੇ ਚ ਪਾ ਲਓ ਠੀਕ ਹੈ ਸੱਤ ਵਜੇ ਲਫਾਫੇ ਚ ਪਾ ਕੇ ਤੌਲੀਏ ਪਾ ਪਹਿਲਾਂ ਲਫਾਫੇ ਚ ਪਾਇਓ ਜੀ ਮੈਂ ਆਪਣੀ ਫਿਰ ਦੂਜੇ ਪਾਤੀ ਸੀਗੀ ਹੋਰ ਕਰਨੀ ਹੈ ਇਹ ਪੱਗ ਬੰਨੀ ਪੁੱਤ ਆਈ ਐਮ ਰੈਡੀ ਇਹਦੀ ਰਿਟਾਇਰਮੈਂਟ ਕਰਤੀ ਜਦ ਮੈਂ ਸਵੇਰੇ ਤਿਆਰ ਹੋਊਗਾ ਇਹ ਜਦ ਪਾਊਗਾ ਠੀਕ ਹੈ ਜੀ ਆਈ ਐਮ ਰੈਡੀ ਆਪਣਾ ਨੇੜੇ ਸਮਾਨ ਰੱਖਿਓ ਜੀ ਜਿੰਦੀ ਕੋਲੋਂ ਨਹੀਂ ਪੈਣੀ ਨਹੀਂ ਲੋੜ ਨਹੀਂ ਜਿੰਦੀ ਦੀ ਡੈਡੀ ਆਪਣਾ ਕੋਈ ਕੀਮਤੀ ਬਹੁਤਾ ਸਮਾਨ ਨਹੀਂ ਹੈਗਾ ਜੇ ਕੋਈ ਰੱਖ ਲੂਗਾ ਤਾਂ ਜਿੰਦੀ ਫਿਰ ਜੇ ਕਿਸੇ ਨੇ ਕੱਢਣੇ ਫਿਰ ਇਹਨੂੰ ਜਿੰਦੀ ਵੀ ਨਹੀਂ ਬਚਾ ਸਕਦੇ ਜੇ ਕੱਢਣ ਦੀ ਆ ਉਹ ਤਾਂ ਕੋਈ ਨਹੀਂ ਚਾਪੀ ਨਾਲ ਕੋਈ ਨਹੀਂ ਜੋਸੀ ਮਾਰਿਆ ਮੇਰੇ ਸੂਟ ਕੇ ਤੇ ਸੱਟ ਲੱਗੀ ਸੂਟ ਕੇ ਦਾ ਰੰਗ ਵੀ ਕਾਲਾ ਡੈਡੀ ਦਾ आधार कार्ड भी चलूगा रोड पे जाएंगे मैं तो वो लेके आई हूं फ्री चलूंगी आधार कार्ड तो चलूगा पर फ्री नहीं चढ़ा देना पंजाब सरकार जिंदाबाद डैडी तुसी कहदो कॉपी पेन चक्या जी बेटा मैं तेरी मम्मी दे कप लिस्ट बनाई सी जेड़ा जेड़ा समान पाई जाऊंगा टिक लग जाऊंगा ये तेरी मम्मी नु नहीं पता हुण पता लग गया मैंने पता है कि एक मिनट डैडी लिस्ट बन के दस केड़े केड़े ने पोते सारे ये देख ला मुंडे के देख ला लिस्ट बन के दस साडे दिलां दी गल्लां रे ते आपा पा ले भी एक सूट मैंने तो पता ही नहीं सीगा भी ऐ करना चाहिदा मैं भी बनावणा जाके लिस्ट मेरी गल सुन डैड जी ਮੈਨੂੰ ਲੱਗਿਆ ਕਿਤੇ ਤੁਸੀਂ ਪੈਸੇ ਲਿਖਣ ਲੱਗੇ ਹੋ ਵੀ ਕਿੰਨਾ ਕ ਖਰਚਾ ਆ ਗਿਆ ਕਿੰਨਾ ਕ ਅੱਗੇ ਆਉਣਾ ਉਹ ਤਾਂ ਪੈਸੇ ਦੀ ਗੱਲ ਨਹੀਂ ਪੈਸੇ ਦਾ ਮਾਲਕ ਦੀ ਬਹੁਤ ਕਿਰਪਾ ਦਾ ਹੱਥਾਂ ਦੀ ਮਿਹਰ ਤੰਦਰੁਸਤੀ ਚਾਹੀਦੀ ਆ ਉਹ ਸੱਚ ਉਹ ਡੈਡੀ ਉਂਗਲ ਵਾਲੀ ਗੱਡੀ ਉਹ ਤੁਹਾਡੇ ਵੱਲੋਂ ਆ ਕੇ ਮੇਰੇ ਮੈਂ ਤਾਂ ਟਾਈਟਲ ਦਾਦਾ ਦਾ ਟਾਈਟਲ ਸਾਹਮਣੇ ਤਾਂ ਦਾਦਾ ਲਿਖਿਆ ਹੋਇਆ ਮੇਰਾ ਉਹ ਤੋਂ ਤਾਂ ਹੁਣ ਵੰਡੇ ਹੋਏ ਨੇ ਕਿਤੇ ਆਪਣਾ ਇਕੱਠੇ ਹੀ ਨੇ ਇਕੱਠੇ ਹੀ ਨੇ ਗੱਲ ਸੁਣ ਮੇਰੀ ਨੂਰ ਵਾਲੀ ਨੂੰ ਪੁੱਛਿਆ ਜੀ डैडी कहते हूं मेरे पैसे ना मंगी कहते छेती कहना झोने की ट्राली हिटी मंडी सवेरे अगले दिन कणक ने पैसे मंग रहे डैडी कहते हूं मेरे को पैसे सीगे कहते मैं तेन देते हूं ना कहते छेती झागी इधर मैं क्या जी जे लोड पैगी फिर मांग लूंगी नहीं तो चल ठीक अच्छा रख लो दोबारा कट लो बरिंदर मेहर मित्र होटल चाह पीना मेहर मित्र ने अखबार चक लिया बस के उपर बैठे जी बंदे जाते पत्रकार ने लाते भी किवें भरी जाती है ਉਹ ਕਹਿੰਦਾ ਬੱਲੇ ਬੱਲੇ ਕਹਿੰਦਾ ਕੀ ਗੱਲ ਹੋਗਾ ਕਹਿੰਦਾ ਪੱਸ ਪਲਟ ਗਈ ਬੰਦੇ ਨਹੀਂ ਮਰੇ ਉਹ ਕਹਿੰਦਾ ਮੂਤੀ ਹੋ ਗਈ ਕਹਿੰਦਾ ਇਹਨੂੰ ਸਿੱਧਾ ਕਰ ਜਦੋਂ ਸਿੱਧਾ ਕਰਿਆ ਹੁਣ ਕਹਿੰਦਾ ਠੀਕ ਆ ਸਾਰੇ
ਮੇਰੇ ਮਿੱਤਰ ਮੇਰ ਮਿੱਤਰ ਜੀ ਸੀਗੇ ਬਰਿੰਦਰ ਬਰਿੰਦਰ ਸੀਗਾ ਇੱਕ ਪਤਾ ਨੀ ਮੈਂ ਸੁਣਿਆ ਸੀ ਕਿਹੜੀ ਮੂਵੀ ਸੀਗੀ ਸ਼ਾਇਦ ਚੰਨ ਪਰਦੇਸੀ ਸੀ ਕਾਫੀ ਵੱਡੀ ਪੰਜਾਬ ਦੀ ਮੂਵੀ ਸੀ ਸੁਪਰ ਹਿੱਟ ਹੋਈ ਸੀਗੀ ਤੇ ਉਦੋਂ ਡੈਡੀ ਨੇ ਮੇਰ ਮਿੱਤਰ ਦੇ ਦਿੱਤਾ उठना जाना भी जो बंद दिन सुता हों नहीं पता लग जाए जे एक मोटर से चलिया जाए थकावट नींद बहुत आती है।